ਤੇ ਉੱਥੇ ਰਾਹ ਦੇ ਵਿੱਚ ਹੀ ਇਹਨਾਂ ਦੀ ਮੌਤ ਹੋ ਜਾਂਦੀ ਰਹੀ। ਦੋਵੇਂ ਭਰਾ ਟੀਕਾ ਲਾ ਕੇ ਮਰੇ। ਬਹੁਤ ਹੀ ਜ਼ਿਆਦਾ ਮੁਸ਼ਕਲ ਚੱਲਦਾ ਮੇਰੇ ਛੋਟੇ ਛੋਟੇ ਬੱਚੇ ਤੋਂ। ਇੱਕ 2.5 ਸਾਲ ਦਾ ਬੇਟਾ, 6 ਸਾਲ ਦੀ ਬੇਟੀ। ਅਸੀਂ ਬਹੁਤ ਲੋਕਾਂ ਗਾੜੀ ਤਰਲੇ ਕੱਢੇ ਵੀ ਸਾਡੇ ਦੋਨੇ ਪੁੱਤਰ ਵੀ ਇਹ ਨਸ਼ਾ ਕਰਦੇ ਆ, ਅਤੇ ਤੁਸੀਂ ਸਾਡੇ ਪੁੱਤਰ ਬਚਾਓ, ਹੋਰ ਵੀ ਆਉਣ ਵਾਲੀ ਪੀੜ੍ਹੀ ਬਚਾਓ, ਪਰ ਇਹ ਨਸ਼ਾ ਨਹੀਂ ਸਰਕਾਰਾਂ ਬੰਦ ਕਰ ਸਕੀਆਂ। ਹਾਂਜੀ, ਉਹ ਤਾਂ ਬਹੁਤ ਬੁਰੇ ਹਾਲਾਤ, ਜਾਹਿਰ ਜਾਣਦੇ ਜਾਂ ਰੱਬ ਜਾਣਦਾ, ਸਾਡੇ ਵਰਗੀ ਜੂਣ ਕਿਸੇ ਦੀ ਵੀ ਨਾ ਪੂਰੀ ਹੋਵੇ। ਅਸੀਂ ਬਹੁਤ ਲੋਕਾਂ ਦੇ ਤਰਲੇ ਕੱਢੇ ਆ, ਅਤੇ ਨਾ ਸਾਨੂੰ ਆਟਾ ਨਾ ਦਾਲ ਕਣਕ ਮਿਲਦੀ ਆ। ਅਸੀਂ ਲੋਕਾਂ ਦੇ ਗਾੜੀ ਹੱਥ ਵੀ ਕੀਤਾ ਵੀ ਸਾਨੂੰ ਮਦਦ ਦਿਓ, ਸਾਡੀ ਇਸ ਵਕਤ ਕਿਸੇ ਨੇ ਨਹੀਂ ਸੁਣੀ ਮਦਦ। ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਇਸ ਵੇਲੇ ਅਸੀਂ ਪੰਡੋਰੀ ਸਿੱਧਵਾਂ ਦੇ ਵਿੱਚ ਮੌਜੂਦ ਹਾਂ, ਤਾਂ ਕੈਮਰਾਮੈਨ ਸਾਥੀ ਨੂੰ ਕਹਾਂਗਾ ਕਿ ਇਹ ਭਾਵੁਕ ਕਰਦੀਆਂ ਤਸਵੀਰਾਂ ਵਿਖਾ ਦਿੱਤੀਆਂ ਜਾਣ। ਜੀ ਹਾਂ, ਜਿਸ ਘਰ ਦੇ ਵਿੱਚ ਇਸ ਵੇਲੇ ਪਹੁੰਚੇ ਹਾਂ, ਦੋਨੋਂ ਹੀ ਪੁੱਤਰ ਜਿਹੜੇ ਨੇ, ਇਸ ਮਾਂ ਦੇ ਦੋਵੇਂ ਪੁੱਤਰ ਜਿਹੜੇ ਨੇ, ਉਹ ਨਸ਼ੇ ਦੇ ਨਾਲ ਜਿਹੜੇ ਹੈ, ਚਿੱਟੇ ਦੇ ਨਾਲ, ਚਿੱਟੇ ਵਰਗੇ ਭਿਆਨਕ ਸਿੰਥੈਟਿਕ ਨਸ਼ੇ ਦੇ ਨਾਲ ਦੋਨਾਂ ਹੀ ਪੁੱਤਰਾਂ ਦੀ ਮੌਤ ਹੋਈ, ਅਤੇ ਧੀ ਦੇ ਵੀ ਗੁਰਦੇ ਖਰਾਬ ਹੋਏ, ਤਾਂ ਧੀ ਵੀ ਜਿਹੜੀ ਹੈ ਇਸ ਜਹਾਨੋਂ ਤੁਰ ਗਈ, ਤਾਂ ਮਾਂ ਇਕੱਲੀ ਰਹਿ ਗਈ ਅਤੇ ਦਾਦਾ ਅਤੇ ਇੱਕ ਜਿਹੜਾ ਸੀ ਇਸ ਮਾਤਾ ਜੀ ਦਾ ਬੇਟਾ ਵਿਆਹਿਆ ਹੋਇਆ ਸੀ, ਉਸਦੀ ਪਤਨੀ ਵੀ ਤੁਸੀਂ ਤਸਵੀਰ ਦੇ ਵਿੱਚ ਵੇਖ ਸਕਦੇ ਹੋ, ਉਸਦਾ ਪਤੀ ਵੀ ਜਿਹੜਾ ਹੈ ਇਸ ਜਹਾਨੋਂ ਤੁਰ ਗਿਆ। ਜੀ ਹਾਂ, ਦੋਨਾਂ ਪੁੱਤਰਾਂ ਦੀ ਮੌਤ ਤੋਂ ਬਾਅਦ ਨੂੰਹ ਅਤੇ ਸੱਸ ਕਿਵੇਂ ਘਰ ਦਾ ਗੁਜ਼ਾਰਾ ਕਰ ਰਹੇ ਨੇ, ਇਹ ਤਾਂ ਜਾਂ ਉਹ ਜਾਣਦੇ ਨੇ ਅਤੇ ਜਾਂ ਦੋਸਤੋ ਫਿਰ ਉਹਨਾਂ ਦਾ ਰੱਬ ਜਾਣਦਾ। ਜੀ ਹਾਂ ਦੋਸਤੋ, ਇਹ ਹਨ ਅਸਲ ਲੋੜਵੰਦ, ਇਹ ਹਨ ਅਸਲ ਲੋੜਵੰਦ। ਮੈਂ ਵਾਰ ਵਾਰ ਤਾਂ ਕਹਿ ਰਿਹਾ ਕਿ ਸੋਸ਼ਲ ਮੀਡੀਆ 'ਤੇ ਬਹੁਤ ਸਾਰਾ ਫਰੋਡ ਵੀ ਚੱਲਦਾ ਹੈ ਅੱਜ ਕੱਲ੍ਹ, ਇਸ ਕਰਕੇ ਮੈਂ ਦੱਸ ਦੇਣਾ ਚਾਹੁੰਦਾ ਕਿ ਅਸਲ ਲੋੜਵੰਦ ਹੈ, ਤਾਂ ਤੁਹਾਡੀ ਮਦਦ ਜਿਹੜੀ ਹੈ ਇਹਨਾਂ ਤੱਕ ਜ਼ਰੂਰ ਪਹੁੰਚਣੀ ਚਾਹੀਦੀ ਹੈ। ਆਪਾਂ ਗੱਲਬਾਤ ਕਰ ਲੈਂਦੇ ਹਾਂ ਮਾਤਾ ਜੀ ਮਜ਼ੂਰ। ਮਾਤਾ ਜੀ, ਕੀ ਨਾਮ ਹੈ, ਕਿਹੜਾ ਪਿੰਡ ਹੈ ਜੀ? ਪੰਡੋਰੀ ਸਿੱਧਵਾਂ ਦਾ ਨਾਮ ਮੇਰਾ ਲਖਵਿੰਦਰ ਕੌਰ ਆ। ਮਾਤਾ ਜੀ, ਕੀ ਗੱਲ ਹੋਈ ਇਹਨਾਂ, ਪਹਿਲਾਂ ਬੱਚਿਆਂ ਦੋਨਾਂ ਬੱਚਿਆਂ ਬਾਰੇ ਦੱਸਿਓ ਵੀ ਕੀ ਗੱਲ ਹੋਈ ਇਹਨਾਂ? ਇਹਨਾਂ ਦੇ ਭਾਅ ਜੀ ਨਸ਼ਾ ਕਰਕੇ ਆਉਂਦੇ ਸੀ ਪੰਡੋਰੀ ਰਣ ਸਿੰਘ ਤੋਂ, ਅਤੇ ਉੱਥੇ ਰਾਹ ਦੇ ਵਿੱਚ ਹੀ ਇਹਨਾਂ ਦੀ ਮੌਤ ਹੋ ਜਾਂਦੀ ਰਹੀ। ਦੋਵੇਂ ਭਰਾ ਟੀਕਾ ਲਾ ਕੇ ਮਰੇ, ਇੱਕ ਅੰਮ੍ਰਿਤਪਾਲ ਪਹਿਲੋਂ ਮਰਿਆ ਵਾ ਅਤੇ ਗੁਰਦੇਵ ਸਿੰਘ ਮਗਰੋਂ ਮਰਿਆ ਵਾ। ਅੱਛਾ ਜੀ। ਅਤੇ ਇਹਨਾਂ ਨੂੰ ਅਸੀਂ ਉੱਥੋਂ ਚੁੱਕ ਕੇ ਲਿਆਂਦਾ, ਸਾਨੂੰ ਲੋਕ ਹੀ ਦੱਸ ਕੇ ਜਾਂਦੇ ਰਹੇ ਆ, ਜਿੰਨੇ ਕੁ ਪੈਸੇ ਲਿਆਉਂਦੇ 100-200 ਆਪਦਾ ਖਾ ਕੇ ਘਰ ਆਉਂਦੇ। ਸਾਡਾ ਕੋਈ ਗੁਜ਼ਾਰਾ ਨਹੀਂ ਚੱਲਦਾ, ਨਾ ਸਾਡੀ ਕਿਸੇ ਨੇ ਮਦਦ ਕੀਤੀ ਆ। ਅਸੀਂ ਬਹੁਤ ਲੋਕਾਂ ਦੇ ਤਰਲੇ ਕੱਢੇ ਆ, ਅਤੇ ਨਾ ਸਾਨੂੰ ਆਟਾ ਨਾ ਦਾਲ ਕਣਕ ਮਿਲਦੀ ਆ। ਅਸੀਂ ਲੋਕਾਂ ਦੇ ਗਾੜੀ ਹੱਥ ਵੀ ਕੀਤਾ ਵੀ ਸਾਨੂੰ ਮਦਦ ਦਿਓ, ਸਾਡੀ ਇਸ ਵਕਤ ਕਿਸੇ ਨੇ ਨਹੀਂ ਸੁਣੀ ਮਦਦ। ਬਹੁਤ ਬਹੁਤ ਧੰਨਵਾਦ। ਮਾਤਾ ਜੀ, ਮੈਂ ਇੱਕ ਗੱਲ ਜ਼ਰੂਰ ਪੁੱਛਣੀ ਚਾਹਾਂਗਾ ਕਿ ਚਿੱਟੇ ਦੇ ਨਾਲ ਦੋਨਾਂ ਭਰਾਵਾਂ ਦੀ ਮੌਤ ਹੁੰਦੀ ਹੈ, ਜਦੋਂ ਇਹ ਦੋਨੋਂ ਭਰਾ ਨਸ਼ਾ ਕਰਦੇ ਹੁੰਦੇ ਸੀ, ਤੁਸੀਂ ਕਦੀ ਰੌਲਾ ਨਹੀਂ ਪਾਇਆ? ਤੁਸੀਂ ਕਦੀ ਇਹ ਨਹੀਂ ਕਿਹਾ ਸੀ ਕਿ ਲੋਕੋ ਪਿੰਡ ਦੇ ਵਿੱਚ ਨਸ਼ਾ ਵੇਖਦਾ ਬਚੋ, ਇਹ ਪਿੰਡ ਦੇ ਵਿੱਚ ਸ਼ਰੇਆਮ ਨਸ਼ਾ ਵੇਖਦਾ ਬੰਦ ਕਰਾਓ? ਕੋਈ ਕਿਸੇ ਗਾੜੀ ਕੋਈ ਫਰਿਆਦ, ਕੋਈ ਪੰਚ ਕੋਈ ਸਰਪੰਚ ਵੀ ਨਹੀਂ ਅੱਗੇ ਆਇਆ? ਅਸੀਂ ਕੀਤੀ ਲੋਕਾਂ ਦੇ ਗਾੜੀ, ਅਸੀਂ ਆਉਂਦੇ ਹੁੰਦੇ ਹਾਂ ਵੀ ਇਹਨਾਂ ਨਸ਼ਾ ਬੰਦ ਕਰਾਓ, ਸਰਕਾਰ ਨੂੰ ਵੀ ਸਰਪੰਚ ਨੂੰ ਵੀ ਕਿਹਾ ਵਾ, ਅਤੇ ਉੱਥੋਂ ਫੜ ਕੇ ਲੈ ਜਾਂਦੇ ਸੀ ਅਤੇ ਉੱਥੇ ਜਾ ਕੇ ਪੈਸੇ ਲੈ ਕੇ ਛੱਡ ਦਿੰਦੇ ਪੁਲਿਸ ਵਾਲੇ। ਅਸੀਂ ਬਹੁਤ ਲੋਕਾਂ ਗਾੜੀ ਤਰਲੇ ਕੱਢੇ ਵੀ ਸਾਡੇ ਦੋਨੇ ਪੁੱਤਰ ਵੀ ਇਹ ਨਸ਼ਾ ਕਰਦੇ ਆ, ਅਤੇ ਤੁਸੀਂ ਸਾਡੇ ਪੁੱਤਰ ਬਚਾਓ, ਹੋਰ ਵੀ ਆਉਣ ਵਾਲੀ ਪੀੜ੍ਹੀ ਬਚਾਓ, ਪਰ ਇਹ ਨਸ਼ਾ ਨਹੀਂ ਸਰਕਾਰਾਂ ਬੰਦ ਕਰ ਸਕੀਆਂ, ਅਤੇ ਨਾ ਕੋਈ ਸਾਡੀ ਸਰਪੰਚ ਨੇ ਕਿਸੇ ਨੇ ਨਹੀਂ ਸੁਣੀ। ਬਜ਼ੁਰਗ ਬਾਪੂ ਜੋ ਕਿ ਇਹਨਾਂ ਤਿੰਨਾਂ ਹੀ ਬੱਚਿਆਂ ਦਾ ਦਾਦਾ ਹੈ, ਸੋ ਤਸਵੀਰਾਂ ਦੇ ਵਿੱਚ ਵੇਖ ਸਕਦੇ, ਇੱਕ ਇਹਨਾਂ ਦੀ ਲੜਕੀ ਸੀ ਜਿਹੜੀ ਗੁਰਦੇ ਖਰਾਬ ਹੋਣ ਕਾਰਨ ਉਸਦੀ ਮੌਤ ਹੋ ਗਈ। ਬਜ਼ੁਰਗ ਬਾਪੂ ਦੀਆਂ ਅੱਖਾਂ ਵੀ ਨਮ ਨੇ। ਭੈਣ ਮੇਰੇ ਨਾਲ ਮੌਜੂਦ ਆ, ਉਸ ਨਾਲ ਵੀ ਗੱਲ ਕਰਦੇ ਆ। ਭੈਣਾ, ਚਿੱਟੇ ਵਰਗੇ ਸਿੰਥੈਟਿਕ ਨਸ਼ੇ ਨਾਲ ਪਤੀ ਦੀ ਮੌਤ ਹੁੰਦੀ, ਅਤੇ ਹੁਣ ਫਿਰ ਘਰ ਦਾ ਗੁਜ਼ਾਰਾ ਕਿਵੇਂ ਚੱਲਦਾ?
ਬੜਾ ਮੁਸ਼ਕਲ ਚੱਲਦਾ ਵੀਰ ਜੀ। ਹਾਂਜੀ, ਬਹੁਤ ਹੀ ਜ਼ਿਆਦਾ ਮੁਸ਼ਕਲ ਚੱਲਦਾ ਮੇਰੇ ਛੋਟੇ ਛੋਟੇ ਬੱਚੇ ਤੋਂ। ਅੱਛਾ ਜੀ। ਇੱਕ 2.5 ਸਾਲ ਦਾ ਬੇਟਾ, 6 ਸਾਲ ਦੀ ਬੇਟੀ। ਜੀ। ਬਹੁਤ ਹੀ ਜ਼ਿਆਦਾ ਨਸ਼ਾ ਕਰਦੇ, ਬਹੁਤ ਹੀ ਜ਼ਿਆਦਾ ਰਣ ਸਿੰਘ ਪੰਡੋਰੀ 'ਚ ਵਿਕਦਾ ਏ। ਅੱਛਾ ਜੀ। ਹਾਂਜੀ, ਜਿਹੜੀ ਦਿਹਾੜੀ ਲਿਆਉਂਦੇ ਨਸ਼ਾ ਹੀ ਕਰਦੇ, ਨਸ਼ਾ ਹੀ। ਅੱਛਾ ਜੀ। ਦੋਵੇਂ ਭਰਾ, ਪਹਿਲਾਂ ਛੋਟਾ ਭਰਾ ਮੁੱਕਾ, ਫਿਰ ਆਪ ਮੁੱਕੇ, 4 ਮਹੀਨਾ ਲੱਗ ਗਿਆ ਇਹਨਾਂ ਨੂੰ। ਸਾਡੀ ਕਿਸੇ ਨੇ ਮਦਦ ਨਹੀਂ ਕੀਤੀ ਪਿੰਡ 'ਚੋਂ, ਕਿਸੇ ਨੇ ਵੀ। ਅੱਛਾ ਜੀ। ਨਾ ਸਰਕਾਰ ਹੀ ਸੁਣਦੀ ਸਾਡੀ, ਨਾ ਪਿੰਡ ਵਾਲੀ ਸਾਡੇ ਸੁਣਦੇ, ਨਾ ਸਾਨੂੰ ਕੋਈ ਸਹੂਲਤ ਮਿਲਦੀ, ਕੁਛ ਵੀ ਨਹੀਂ ਸਾਨੂੰ ਮਿਲਦਾ ਵੀ। ਹਨਾ, ਸਰਕਾਰੀ ਕਣਕ ਜਿਹੜੀ ਆਉਂਦੀ ਉਹ ਮਿਲਦੀ? ਹਾਂਜੀ, ਨਹੀਂ, ਸਾਡੀ ਲੋਕਡਾਊਨ ਦੀ ਬੰਦ ਹੋਈ, ਸਾਨੂੰ ਕੁਛ ਨਹੀਂ ਮਿਲਦਾ ਵੀ। ਕਹਿ ਦਿੰਦੇ ਤੁਹਾਡਾ ਨਾਂ ਨਹੀਂ ਹੈਗਾ, ਨਾ ਤੁਹਾਡੀ ਸਾਈਡ ਹੀ ਆਉਂਦੀ ਸਾਡੀ। ਅੱਛਾ ਜੀ। ਹਾਂਜੀ ਨਾ, ਅਜਿਹੇ ਹਾਲਾਤਾਂ ਦੇ ਵਿੱਚ ਫਿਰ ਜਿਹੜਾ ਕੋਈ ਜਦੋਂ ਕਹਿੰਦੇ ਹੁੰਦੇ ਨਾ ਬਣੀ ਹੋਵੇ, ਕਿਸੇ ਦੇ ਉੱਪਰ ਬਣੀ ਹੋਵੇ ਤਾਂ ਕੋਈ ਰਿਸ਼ਤੇਦਾਰ ਕਹਿੰਦੇ ਕਈ ਵਾਰੀ ਨਾ ਬਾਂਹ ਫੜਦਾ, ਤੁਹਾਡੀ ਕਿਸੇ ਰਿਸ਼ਤੇਦਾਰ ਨੇ ਬਾਂਹ ਫੜੀ? ਹਾਂਜੀ, ਸਾਰੇ ਸਾਡੇ ਵੇਖੋ ਭੈਣ ਭਰਾ ਮਿਹਨਤ ਮਜ਼ਦੂਰੀ ਕਰਦੇ ਆ, ਨਹੀਂ ਕਿਸੇ ਨੇ ਵੀ ਨਹੀਂ ਗੁਜ਼ਾਰਾ ਕੋਈ ਵੀ ਨਹੀਂ ਕਰਦਾ ਵੀ, ਸਾਰਿਆਂ ਦਾ ਘਰੋ ਘਰੀ ਆਪੋ ਆਪਣਾ। ਜੇ ਐਡੀ ਵੱਡੀ ਸਰਕਾਰ ਨਹੀਂ ਕਰ ਸਕਦੀ ਤੇ ਭੈਣ ਭਰਾ ਕਿੱਥੋਂ ਕਰ ਸਕਦੇ? ਇਹ ਤੇ ਸਰਕਾਰ ਹੀ ਸੋਚੇ ਤੇ ਸੋਚ ਸਕਦੀ, ਨਹੀਂ ਤੇ ਕੋਈ ਨਹੀਂ ਸੋਚ ਸਕਦਾ ਵੀ। ਤੁਸੀਂ ਵੇਖ ਸਕਦੇ ਹੋ ਕਿ ਉਹਨਾਂ ਨੇ ਦੱਸਿਆ ਹੈ ਕਿ ਕਿਵੇਂ ਜਿਹੜਾ ਹੈ ਉਹ ਘਰ ਦਾ ਗੁਜ਼ਾਰਾ ਹੁੰਦਾ। ਭੈਣਾ, ਫਿਰ 2 ਬੱਚੇ ਆ ਤੁਹਾਡੇ? ਹਾਂਜੀ। ਤੇ ਕਿਵੇਂ ਫਿਰ ਤੁਸੀਂ ਘਰਾਂ ਦਾ ਕੰਮ ਕਰਦੇ ਹੋ, ਕੀ ਕਰਦੇ ਹੋ ਕਿ ਜਿਸ ਦੇ ਨਾਲ ਘਰ ਦਾ ਗੁਜ਼ਾਰਾ ਚੱਲਦਾ? ਹਾਂਜੀ, ਮੇਰੀ ਸੱਸ ਘਰਾਂ ਦਾ ਕੰਮ ਕਰਦੀ ਆ, ਮਿਹਨਤ ਮਜ਼ਦੂਰੀ ਹੋ ਫਿਰ ਅਸੀਂ ਆਪਣਾ ਪੇਟ ਪਾਲਦੇ ਹਾਂ। ਅੱਛਾ ਜੀ। ਭੈਣਾਂ, ਮਨ ਨੂੰ ਦੁੱਖ ਨਹੀਂ ਹੁੰਦਾ ਕਿ ਅਜਿਹੇ ਹਾਲਾਤਾਂ ਦੇ ਵਿੱਚ ਨਾ ਕੋਈ ਰਿਸ਼ਤੇਦਾਰ, ਨਾ ਕੋਈ ਸਰਕਾਰ, ਨਾ ਕੋਈ ਪੰਚ ਅਤੇ ਨਾ ਸਰਪੰਚ? ਹਾਂਜੀ, ਉਹ ਤਾਂ ਬਹੁਤ ਬੁਰੇ ਹਾਲਾਤ, ਜਾਹੀਰ ਜਾਣਦੇ ਜਾਂ ਰੱਬ ਜਾਣਦਾ, ਸਾਡੇ ਵਰਗੇ ਜੂਣ ਕੇ ਇੱਦੀ ਵੀ ਨਾ ਪੂਰੀ ਹੋਵੇ ਜੇ ਸਾਡੀ ਰੱਬ ਨੇ ਕਿਸਮਤ ਕੀਤੀ। ਉਹ ਸਰਕਾਰ ਨੇ ਕਰ ਦਿੱਤੀ ਮਾੜੇ ਧੰਦੇ ਗੰਦੇ ਚਲਾ ਕੇ, ਜਿਹੜੇ ਨਸ਼ੇ ਨਹੀਂ ਬੰਦ ਕਰਦੇ। ਐਣੀਆਂ ਨਹੀਂ, ਪੰਜਾਬ ਪੁਲਿਸ ਕਿਸੇ ਕੰਮ ਦੀ ਨਹੀਂ, ਨਾ ਫੌਜ ਨਾ ਪੁਲਿਸ ਸਾਡੇ ਵਾਸਤੇ ਕੁਛ ਵੀ ਨਹੀਂ ਹੈਗਾ। ਸਰਕਾਰ ਆਉਂਦੀਆਂ ਹੀ ਹੈਗੇ, ਕੁਛ ਵੀ ਨਹੀਂ ਸਾਡੇ ਵਾਸਤੇ ਹੈਗਾ ਇਹ ਵਕਤ। ਦੋਸਤੋ, ਬੇਸ਼ੱਕ ਪੰਜਾਬ ਪੁਲਿਸ ਦੇ ਵੱਲੋਂ ਸਰਹੱਦ ਪਾਰੋਂ ਉਹਦਾ ਨਸ਼ਾ ਫੜਿਆ ਜਾਂਦਾ ਹੈ, ਬੇਸ਼ੱਕ ਬੜੇ ਦੋਸ਼ੀ ਫੜੇ ਜਾਂਦੇ ਨੇ, ਪਰ ਗਰਾਊਂਡ ਜ਼ੀਰੋ 'ਤੇ ਆਹ ਹਾਲਾਤ ਨੇ ਜੋ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਰਹੇ ਹੋ। ਜੀ ਹਾਂ, ਇੱਕ ਮਾਂ ਦੇ ਦੋਨੋਂ ਪੁੱਤਰ ਇਸ ਜਹਾਨੋਂ ਤੁਰ ਗਏ, ਕੀ ਕਰਕੇ? ਨਸ਼ਾ ਕਰਕੇ। ਕਿਹੜਾ ਨਸ਼ਾ ਕਰਕੇ? ਜਿਹੜਾ ਕਿ ਇਸ ਵੇਲੇ ਪੰਜਾਬ ਨੂੰ ਘੁਣ ਦੇ ਵਾਂਗ ਖਾ ਰਿਹਾ ਹੈ, ਚਿੱਟੇ ਵਰਗਾ ਸਿੰਥੈਟਿਕ ਨਸ਼ਾ। ਬਜ਼ੁਰਗ ਬਾਪੂ ਵੀ ਮੌਜੂਦ ਹੈ। ਬਾਪੂ ਜੀ, ਕੀ ਨਾਮ ਹੈ ਤੁਹਾਡਾ? ਕਰਮ ਸਿੰਘ ਜੀ। ਬਾਪੂ ਜੀ, ਕੀ ਮੰਗ ਕਰਦੇ ਹੋ ਇਹਨਾਂ ਸਰਕਾਰਾਂ ਕੋਲੋਂ ਕਿ ਕੀ ਹੱਲ ਹੋਣਾ ਚਾਹੀਦਾ ਹੈ ਹੁਣ ਇੰਨੀ ਗਰੀਬੀ ਦੇ ਵਿੱਚ ਦੋਨੋਂ ਜਿਹੜੇ ਪੋਤਰੇ ਤੁਰ ਗਏ ਨੇ? ਹੁਣ ਮੰਗ ਵੀ ਸੀ ਅੱਜ ਪੂਰੀਆਂ ਕਿ ਗੌਰਮੈਂਟ ਕਰਦੇ, ਫਿਰ ਕਰਦੇ ਹੈ, ਕੋਈ ਸੁਣਦਾ ਨਹੀਂ ਤਾਂ ਕਰਨਾ ਕੀ ਆ। ਅੱਛਾ ਜੀ। ਹਾਂ, ਕੋਈ ਨਹੀਂ ਸੁਣਦਾ। ਮਾਤਾ ਜੀ, ਜਿੰਨੇ ਵੀ ਵੀਡੀਓ ਨੂੰ ਦੇਖ ਰਹੇ ਨੇ, ਜਿਹੜੇ ਸਮੇਂ ਸਮੇਂ 'ਤੇ ਗਰੀਬਾਂ ਦੀ ਬਾਂਹ ਫੜਦੇ ਨੇ, ਮੈਂ ਦੋਸਤੋ ਦੱਸ ਦੇਵਾਂ ਕਿ ਇੱਕ ਪੁੱਤਰ ਦਾ ਨਾਮ ਸੀਗਾ ਅੰਮ੍ਰਿਤਪਾਲ ਸਿੰਘ, ਜਿਸ ਦੀ ਮੌਤ 24/11/2020 ਦੇ ਵਿੱਚ ਹੁੰਦੀ ਹੈ, ਅਤੇ ਦੂਸਰੇ ਪੁੱਤਰ ਦਾ ਨਾਂ ਹੈ ਸਰਦਾਰ ਗੁਰਦੇਵ ਸਿੰਘ, ਜਿਸ ਦੀ ਮੌਤ 7 ਮਹੀਨੇ ਦੇ ਵਿੱਚ ਹੁੰਦੀ ਹੈ 2024 ਦੇ ਵਿੱਚ। ਤਾਂ ਆਹ ਹਾਲਾਤ ਨੇ ਅੱਜ ਘਰ ਦੇ ਕਿ ਕਿਵੇਂ ਉਹ ਲੋਕਾਂ ਦੇ ਘਰਾਂ ਦਾ ਕੰਮ ਕਰਨ ਦੇ ਲਈ ਮਜਬੂਰ, ਤਾਂ ਇਹਨਾਂ ਦੀ ਮਦਦ ਜਿਹੜੀ ਹੈ ਉਹ ਜ਼ਰੂਰ ਕਰਿਓ। ਹਾਂਜੀ ਭੈਣ ਜੀ, ਕੀ ਜਿਹੜੀ ਹੈ ਉਹ ਮੰਗ ਕਰਦੇ ਜੇ? ਅਸੀਂ ਇਹਨੇ ਭਾਅ ਜੀ, ਸਾਡੀ ਵੱਧ ਤੋਂ ਵੱਧ ਮੰਗ ਪੂਰੀ ਕਰੀ ਜਾਵੇ, ਵੀ ਸਾਡੇ ਬਹੁਤ ਹਾਲਾਤ ਮਾੜੇ ਆ, ਵੱਧ ਤੋਂ ਵੱਧ ਸਾਡੀ ਮਦਦ ਕਰੀ ਜਾਵੇ। ਬਹੁਤ ਬਹੁਤ ਧੰਨਵਾਦ ਜੀ। ਹਾਂਜੀ, ਮੈਂ ਹੀ ਇਹ ਵੀਰਾਂ ਗਾੜੀ, ਸਾਰੇ ਭੈਣ ਭਰਾਵਾਂ ਗਾੜੀ ਹੱਥ ਜੋੜ ਕੇ ਆਣਗੇ, ਸਾਡੀ ਮਦਦ ਕੀਤੀ ਜਾਵੇ, ਸਾਨੂੰ ਸ਼ਬਦਾਂ ਪਾਉਣ, ਕੋਈ ਵੀ ਤਰ੍ਹਾਂ ਦੀ ਸਾਨੂੰ ਸਹੂਲਤ ਕੀਤੀ ਜਾਵੇ ਵੀ ਬੱਚੇ ਮੇਰੇ ਜਿਹੜੇ ਪਲ ਜਾਣ। ਤਾਂ ਦੋਸਤੋ, ਇਸ ਪਰਿਵਾਰ ਦਾ ਫੋਨ ਨੰਬਰ ਜਿਹੜਾ ਹੈ ਉਹ ਸਾਂਝਾ ਕਰਨ ਲੱਗਾ ਤੁਹਾਡੇ ਨਾਲ, ਕਿਉਂਕਿ ਦੋਸਤੋ ਨਾ ਤਾਂ ਉਹਨਾਂ ਦੇ ਕੋਲ ਸਮਾਰਟਫੋਨ ਹੈ ਕਿ ਜਿਸ 'ਤੇ ਕੋਈ ਗੂਗਲ ਪੇ ਚੱਲਦਾ ਹੋਵੇ,
ਜਾਂ ਕੋਈ ਵਟਸਐਪ ਚੱਲਦਾ ਹੋਵੇ, ਉਹਨਾਂ ਦੇ ਕੋਲ ਇੱਕ ਸਿੰਪਲ ਫੋਨ ਹੈ, ਛੋਟਾ ਫੋਨ, ਜਿਸ ਦੇ ਨਾਲ ਸੰਪਰਕ ਕਰਕੇ ਤੁਸੀਂ ਖਾਤਾ ਨੰਬਰ ਜਾਣ ਸਕਦੇ ਹੋ। ਤਾਂ ਮੈਂ ਆਪਣੇ ਦਰਸ਼ਕਾਂ ਨੂੰ ਪਰਿਵਾਰ ਦਾ ਨੰਬਰ ਇਸ ਲਈ ਵੀ ਸਾਂਝਾ ਕਰ ਰਿਹਾ ਕਿ ਪੰਡੋਰੀ ਸਿੱਧਵਾਂ ਪਿੰਡ ਹੈ, ਜ਼ਿਲ੍ਹਾ ਤਰਨ ਤਾਰਨ ਦੇ ਪੰਡੋਰੀ ਸਿੱਧਵਾਂ ਪਿੰਡ ਦੇ ਵਿੱਚ ਅਸੀਂ ਇਸ ਵੇਲੇ ਮੌਜੂਦ ਹਾਂ, ਜਿੱਥੇ ਕਿ ਤੁਸੀਂ ਇਸ ਨੰਬਰ 'ਤੇ ਸੰਪਰਕ ਕਰਕੇ ਕੋਈ ਸੌਦਾ, ਕੋਈ ਪੈਸੇ, ਨਗਦ ਰਾਸ਼ੀ ਲੈ ਕੇ ਇਸ ਘਰ ਦੇ ਵਿੱਚ ਪਹੁੰਚ ਸਕਦੇ। ਤਾਂ ਨੰਬਰ ਹੈ ਜੀ 84377-98232। ਮੈਂ ਇੱਕ ਵਾਰ ਫਿਰ ਬੋਲ ਦੇਵਾਂ, 84377-98232 ਇਸ ਗਰੀਬ ਪਰਿਵਾਰ ਦਾ ਨੰਬਰ ਹੈ, ਜਿਨ੍ਹਾਂ ਦੇ ਦੋਵੇਂ ਪੁੱਤਰ ਜਿਹੜੇ ਹੈ ਉਹ ਨਸ਼ੇ ਦੇ ਕਾਰਨ ਅੱਲਾ ਨੂੰ ਪਿਆਰੇ ਹੋ ਗਏ, ਅਤੇ ਤੀਸਰੀ ਇੱਕ ਧੀ ਜਿਹੜੀ ਹੈ ਉਸਦੇ ਦੋਵੇਂ ਗੁਰਦੇ ਖਰਾਬ ਹੋਣ ਕਾਰਨ ਜਿਹੜੇ ਆ ਉਸਦੀ ਵੀ ਮੌਤ ਹੋ ਗਈ, ਅਤੇ ਅੱਜ ਪਰਿਵਾਰ ਕੰਧਾਂ ਦੇ ਨਾਲ ਟੱਕਰਾਂ ਮਾਰਨ ਦੇ ਲਈ ਮਜਬੂਰ ਆ। ਤਾਂ ਦੋਸਤੋ, ਅਸਲ ਲੋੜਵੰਦ ਇਹ ਪਰਿਵਾਰ ਨੇ, ਅਜਿਹੇ ਪਰਿਵਾਰਾਂ ਦੀ ਮਦਦ ਜ਼ਰੂਰ ਕਰਿਆ ਕਰੋ, ਅਤੇ ਤੁਸੀਂ ਵੀ ਬਣੇ ਰਹੋ ਸਾਡੇ ਨਾਲ, ਹਰ ਕਵਰੇਜ ਵੀ ਅਸੀਂ ਤੁਹਾਡੇ ਤੱਕ ਜ਼ਰੂਰ ਪਹੁੰਚਾਉਂਦੇ ਰਹਾਂਗੇ। ਕੈਮਰਾਮੈਨ ਜਸਬੀਰ ਸਿੰਘ ਦੇ ਨਾਲ ਮਹਿੰਦਰਜੀਤ ਸਿੰਘ, ਗ੍ਰੇਟ ਪੰਜਾਬ ਟੀਵੀ, ਤਰਨ ਤਾਰਨ।